ਲਗਾਤਾਰ ਦੋ ਵਾਰ ਹਾਰਨ ਤੋਂ ਬਾਅਦ ਵਾਇਸ ਆਫ ਪੰਜਾਬ ਦਾ ਖਿਤਾਬ ਜਿੱਤਣ ਵਾਲੀ ਨਿਮਰਤ ਖਹਿਰਾ ਅੱਜ ਆਪਣੀ ਸੁਰੀਲੀ ਆਵਾਜ਼ ਦੇ ਸਿਰ 'ਤੇ ਪੰਜਾਬੀਆਂ ਦੇ ਦਿਲਾਂ ਉੱਪਰ ਰਾਜ ਕਰਦੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਅਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਯੂਟਿਊਬ ਚੈਨਲ ਫੈਕਟ ਪੰਜਾਬ ਉੱਤੇ। ਦੋਸਤੋ, ਅੱਜ ਅਸੀਂ ਸੰਡੇ ਸੀਰੀਜ਼ ਦਾ ਦੂਜਾ ਐਪੀਸੋਡ ਲੈ ਕੇ ਹਾਜ਼ਰ ਹੋਏ ਹਾਂ, ਜਿਸ ਵਿੱਚ ਅਸੀਂ ਨਿਮਰਤ ਖਹਿਰਾ ਦੇ ਜੀਵਨ ਉੱਪਰ ਝਾਤ ਮਾਰਾਂਗੇ। ਵੀਡੀਓ ਦੇ ਅੱਗੇ ਆਪਾਂ ਗੱਲ ਕਰਾਂਗੇ ਕਿ ਕਿਵੇਂ ਇੱਕ ਮੈਡੀਕਲ ਦੀ ਹੁਸ਼ਿਆਰ ਸਟੂਡੈਂਟ ਨੇ ਗੀਤਕਾਰੀ ਵਿੱਚ ਆਉਣ ਦਾ ਫੈਸਲਾ ਕੀਤਾ, ਉਹਨਾਂ ਦਾ ਪਹਿਲਾ ਗੀਤ ਕਿਹੜਾ ਸੀ ਅਤੇ ਉਹਨਾਂ ਦੇ ਫੇਵਰਟ ਕਲਾਕਾਰ ਕੌਣ ਹਨ ਅਤੇ ਆਪਣੇ ਕਰੀਅਰ ਦੇ ਦੌਰਾਨ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਇਹਨਾਂ ਸਭ ਸਵਾਲਾਂ ਦੇ ਜਵਾਬ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਫੈਕਟ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਹੁਣ ਬਿਨਾਂ ਸਮਾਂ ਬਰਬਾਦ ਕੀਤੇ ਵੀਡੀਓ ਸ਼ੁਰੂ ਕਰਦੇ ਹਾਂ। ਨਿਮਰਤ ਖਹਿਰਾ ਦਾ ਜਨਮ 8 ਅਗਸਤ 1992 ਨੂੰ ਸ਼ਿਵ ਕੁਮਾਰ ਬਟਾਲਵੀ ਦੇ ਸ਼ਹਿਰ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਤੁਹਾਨੂੰ ਦੱਸ ਦਈਏ ਕਿ ਨਿਮਰਤ ਖਹਿਰਾ ਦਾ ਅਸਲ ਨਾਮ ਨਿਮਰਤਪਾਲ ਕੌਰ ਹੈ। ਨਿਮਰਤ ਖਹਿਰਾ ਆਪਣੀ ਮਾਪਿਆਂ ਦੀ ਇਕੱਲੀ ਧੀ ਹੈ। ਪੜ੍ਹਨ ਵਿੱਚ ਹੁਸ਼ਿਆਰ ਹੋਣ ਕਰਕੇ ਨਿਮਰਤ ਖਹਿਰਾ ਨੇ ਆਪਣੀ ਸਕੂਲਿੰਗ ਮੈਡੀਕਲ ਦੀ ਫੀਲਡ ਵਿੱਚ ਆਪਣੇ ਸ਼ਹਿਰ ਬਟਾਲਾ ਤੋਂ ਕੀਤੀ। ਇਸ ਤੋਂ ਬਾਅਦ ਨਿਮਰਤ ਨੇ ਗ੍ਰੈਜੂਏਸ਼ਨ ਬਾਇਓਟੈਕਨੋਲੋਜੀ ਵਿੱਚ HMV ਕਾਲਜ ਜਲੰਧਰ ਤੋਂ ਕੀਤੀ। ਨਿਮਰਤ ਖਹਿਰਾ ਨੂੰ ਗਾਉਣ ਦਾ ਸ਼ੌਂਕ ਬਚਪਨ ਤੋਂ ਹੀ ਸੀ। ਜਦ ਨਿਮਰਤ ਸਿਰਫ 7 ਸਾਲ ਦੀ ਸੀ ਤਦ ਉਸਨੇ ਆਪਣੇ ਮਾਪਿਆਂ ਨੂੰ ਕਿਹਾ ਕਿ ਮੈਂ ਗੀਤਕਾਰੀ ਸਿੱਖਣੀ ਹੈ। ਇਸ ਉੱਪਰ ਨਿਮਰਤ ਦੇ ਮਾਪਿਆਂ ਨੇ ਉਸਨੂੰ ਮਨ੍ਹਾ ਕਰ ਦਿੱਤਾ, ਪਰ ਨਿਮਰਤ ਦੀ ਜਿੱਦ ਅੱਗੇ ਮਾਪਿਆਂ ਨੂੰ ਝੁਕਣਾ ਪਿਆ ਅਤੇ ਉਹਨਾਂ ਨੇ ਉਸਨੂੰ ਗੀਤਕਾਰੀ ਸਿਖਾਉਣ ਦੇ ਲਈ ਇੱਕ ਵਧੀਆ ਟੀਚਰ ਲੱਭ ਕੇ ਦਿੱਤਾ। ਇਸ ਤਰ੍ਹਾਂ ਬਚਪਨ ਤੋਂ ਹੀ ਨਿਮਰਤ ਖਹਿਰਾ ਆਪਣੀ ਗਾਇਕੀ ਉੱਪਰ ਮਿਹਨਤ ਕਰਨ ਲੱਗੀ। 12ਵੀਂ ਵਿੱਚ ਪੜ੍ਹਦਿਆਂ ਨਿਮਰਤ ਨੇ ਪਹਿਲੀ ਵਾਰ ਵਾਇਸ ਆਫ ਪੰਜਾਬ ਰਿਐਲਿਟੀ ਸ਼ੋਅ ਵਿੱਚ ਹਿੱਸਾ ਲਿਆ, ਪਰ ਅਫਸੋਸ, ਲਗਾਤਾਰ 2 ਵਾਰ ਨਿਮਰਤ ਨੂੰ ਇਸ ਸ਼ੋਅ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਹਾਰ ਦਾ ਮੂੰਹ ਦੇਖਣ ਅਤੇ ਟੁੱਟ ਕੇ ਬੈਠਣ ਦੀ ਥਾਂ 'ਤੇ ਨਿਮਰਤ ਨੇ ਆਪਣੀ ਮਿਹਨਤ ਜਾਰੀ ਰੱਖੀ ਅਤੇ 2012 ਦੇ ਵਿੱਚ ਵਾਇਸ ਆਫ ਪੰਜਾਬ ਦਾ 3ਜਾ ਸੀਜ਼ਨ ਜਿੱਤ ਕੇ ਆਪਣੀ ਕਾਬਲੀਅਤ ਨੂੰ ਸਾਬਿਤ ਕੀਤਾ। ਇਸ ਤਰ੍ਹਾਂ ਹੌਲੀ ਹੌਲੀ ਨਿਮਰਤ ਨੇ 24 ਸਤੰਬਰ 2015 ਨੂੰ ਆਪਣਾ ਪਹਿਲਾ ਡੂਅਟ ਗੀਤ ਰੱਬ ਕਰਕੇ ਨਿਸ਼ਾਨ ਭੁੱਲਰ ਦੇ ਨਾਲ ਰਿਲੀਜ਼ ਕੀਤਾ। ਇਸ ਗੀਤ ਦੇ ਨਾਲ ਨਿਮਰਤ ਖਹਿਰਾ ਇੰਨੀ ਜ਼ਿਆਦਾ ਚਰਚਾ ਵਿੱਚ ਨਾ ਆਈ, ਪਰ ਇਸ ਗੀਤ ਤੋਂ ਬਾਅਦ 2016 ਦੇ ਵਿੱਚ ਨਿਮਰਤ ਨੇ ਲਗਾਤਾਰ 2 ਸੁਪਰਹਿੱਟ ਗੀਤ ਇਸ਼ਕ ਕਚਹਿਰੀ ਅਤੇ SP ਦੇ ਰੈਂਕ ਵਰਗੀ ਦਰਸ਼ਕਾਂ ਦੀ ਝੋਲੀ ਪਾਏ। ਇਹਨਾਂ ਗੀਤਾਂ ਨੇ ਨਿਮਰਤ ਖਹਿਰਾ ਨੂੰ ਉਹਨਾਂ ਦਾ ਪੰਜਾਬੀ ਇੰਡਸਟਰੀ ਵਿੱਚ ਨਾਮ ਬਣਾਉਣ ਵਿੱਚ ਕਾਫੀ ਮਦਦ ਕੀਤੀ। ਇਹਨਾਂ ਗੀਤਾਂ ਤੋਂ ਬਾਅਦ ਨਿਮਰਤ ਖਹਿਰਾ ਨੇ ਕਈ ਹੋਰ ਵੀ ਸੁਪਰਹਿੱਟ ਗੀਤ ਗਾਏ, ਜਿਵੇਂ ਕਿ ਸਲੂਟ ਵੱਜਦੇ, ਰੋਬ ਰੱਖ ਦੀ, ਡਵਈ ਵਾਲੇ ਸ਼ੇਖ, ਡਿਜ਼ਾਈਨਰ ਸੂਟ, ਰਾਣੀ ਹਾਰ, ਉਧਾਰ ਚੱਲਦਾ, ਲਹਿੰਗਾ ਸਿਰਾਈਊ ਅਤੇ ਸੰਗ ਦੀ ਸੰਗ ਦੀ। ਹੁਣ ਗੱਲ ਕਰਦੇ ਹਾਂ ਨਿਮਰਤ ਖਹਿਰਾ ਦੇ ਫੇਵਰਟ ਕਲਾਕਾਰਾਂ ਦੀ। ਨੀਰੂ ਬਾਜਵਾ, ਦਲਜੀਤ ਦੋਸਾਂਝ ਅਤੇ ਅਮਰਿੰਦਰ ਗਿੱਲ ਉਹਨਾਂ ਦੇ ਫੇਵਰਟ ਕਲਾਕਾਰ ਹਨ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਬਾਲੀਵੁੱਡ ਦੀ ਤਾਂ ਬਾਲੀਵੁੱਡ ਦੇ ਵਿੱਚ ਦੀਪਿਕਾ ਪਾਦੂਕੋਣ ਅਤੇ ਸ਼ਾਹਰੁਖ ਖਾਨ ਉਹਨਾਂ ਦੇ ਮਨਪਸੰਦ ਕਲਾਕਾਰ ਹਨ। ਗੀਤਕਾਰੀ ਤੋਂ ਇਲਾਵਾ ਨਿਮਰਤ ਖਹਿਰਾ ਨੇ ਲਾਹੌਰੀ ਅਤੇ ਅਫਸਰ ਵਰਗੀਆਂ ਫਿਲਮਾਂ ਵਿੱਚ ਆਪਣੀ ਐਕਟਿੰਗ ਦੇ ਨਾਲ ਵੀ ਸਾਡਾ ਦਿਲ ਜਿੱਤਿਆ ਹੈ। ਦੱਸ ਦਈਏ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਨਿਮਰਤ ਖਹਿਰਾ, ਦਲਜੀਤ ਦੋਸਾਂਝ ਅਤੇ ਐਮੀ ਵਿਰਕ ਵਰਗੇ ਵੱਡੇ ਕਲਾਕਾਰਾਂ ਨਾਲ ਵੀ ਦੇਖਣ ਨੂੰ ਮਿਲਣਗੇ। ਨਿਮਰਤ ਖਹਿਰਾ ਅਤੇ ਦਲਜੀਤ ਦੋਸਾਂਝ ਦੀ ਜੋੜੀ ਮੂਵੀ 2021 ਦੇ ਜੂਨ ਮਹੀਨੇ ਵਿੱਚ ਰਿਲੀਜ਼ ਹੋਣੀ ਸੀ, ਪਰ ਕੋਵਿਡ ਦੇ ਕਰਕੇ ਇਸ ਦੀ ਰਿਲੀਜ਼ਿੰਗ ਡੇਟ ਅੱਗੇ ਕਰ ਦਿੱਤੀ ਗਈ ਹੈ। ਆਪਣੀ ਗਾਇਕੀ ਅਤੇ ਐਕਟਿੰਗ ਦੀ ਬਦੌਲਤ ਨਿਮਰਤ ਖਹਿਰਾ ਬਹੁਤ ਸਾਰੇ ਅਵਾਰਡ ਵੀ ਜਿੱਤ ਚੁੱਕੀ ਹੈ। ਨਿਮਰਤ ਨੂੰ ਬ੍ਰਿਟ ਏਸ਼ੀਆ ਅਵਾਰਡ ਵੱਲੋਂ ਬੈਸਟ ਫੀਮੇਲ ਵੋਕਲਿਸਟ ਦਾ ਅਵਾਰਡ ਡਵਈ ਵਾਲੇ ਸੇਖ ਸੌਂਗ ਲਈ ਦਿੱਤਾ ਗਿਆ ਸੀ।
ਨਿਮਰਤ ਦਾ ਸੂਟ ਗੀਤ ਯੂਕੇ ਏਸ਼ੀਅਨ ਚਾਰਟ ਦੇ ਟੌਪ 20 ਗੀਤਾਂ ਵਿੱਚ ਵੀ ਆ ਚੁੱਕਾ ਹੈ। ਅਤੇ ਜਿਵੇਂ ਅਸੀਂ ਵੀਡੀਓ ਦੀ ਸ਼ੁਰੂਆਤ 'ਚ ਵੀ ਦੱਸ ਚੁੱਕੇ ਹਾਂ ਕਿ ਨਿਮਰਤ ਵੌਇਸ ਆਫ ਪੰਜਾਬ ਸੀਜ਼ਨ 3 ਦੀ ਵਿਨਰ ਵੀ ਰਹਿ ਚੁੱਕੀ ਹੈ। ਸੋ ਦੋਸਤੋ, ਇਹ ਸੀ ਨਿਮਰਤ ਖਹਿਰਾ ਦੀ ਬਾਇਓਗ੍ਰਾਫੀ। ਤੁਸੀਂ ਅਗਲੀ ਵੀਡੀਓ ਕਿਸ ਆਰਟਿਸਟ ਉੱਪਰ ਦੇਖਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਫੈਕਟ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਬਸਕ੍ਰਾਈਬ ਕਰਨ ਤੋਂ ਬਾਅਦ ਨਾਲ ਵਾਲੀ ਘੰਟੀ ਜ਼ਰੂਰ ਦਬਾ ਲੈਣਾ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ, ਜਿਸ ਦਾ ਕਿ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ।